ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਅੱਜ 4 ਅਪ੍ਰੈਲ ਰਾਤ ਦੇ ਮੌਸਮ ਦੀ ਗੱਲ ਕਰਾਂਗੇ ਕਿ ਅੱਜ ਦੇਰ ਸ਼ਾਮ ਤੋਂ ਲੈ ਕੇ ਕੱਲ ਸਵੇਰ ਤੱਕ ਪੰਜਾਬ ਦੇ ਮੌਸਮ ਦੇ ਵਿੱਚ ਕੀ ਹਲਚਲ ਹੋਣ ਦੇ आसार ਨੇ ਬੱਦਲਬਾਹੀ ਹਵਾਵਾਂ ਤੋਂ ਲੈ ਕੇ ਤਾਪਮਾਨ ਤੱਕ ਦੀ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਸਭ ਤੋਂ ਪਹਿਲਾਂ ਹਵਾਵਾਂ ਦੀ ਗੱਲ ਕਰਦੇ ਹਾਂ ਹਵਾਵਾਂ ਜ ਉੱਤਰ-ਪੱਛਮ ਦਿਸ਼ਾ ਤੋਂ ਹੀ ਆਪਾਂ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਰਾਤ ਦੇ ਸਮੇਂ ਦੇਖਣ ਨੂੰ ਮਿਲਣਗੀਆਂ ਗਤੀ ਲਗਭਗ 5 ਤੋਂ ਲੈ ਕੇ 15 ਕਿਲੋਮੀਟਰ ਦੇ ਆਸ-ਪਾਸ ਰਹਿਣ ਦੇ आसार ਨੇ ਤੇ ਇਸ ਤੋਂ ਮੇਰਾ ਬੱਦਲਬਾਈ ਕੁਝ ਹਲਕੀ ਟਟਮੀ ਦੇ ਦੇਖਣ ਨੂੰ ਮਿਲੇਗੀ ਜਿਵੇਂ ਕਿ ਆਪਾਂ ਸਵੇਰ ਦੇ ਵੇਲੇ ਵੀ ਦੱਸਿਆ ਸੀ ਕਿ ਅੱਜ ਸ਼ਾਮ ਦੇ ਆਸ-ਪਾਸ ਕੁਝ ਟਟਮੀ ਜਿਹੇ ਬੱਦਲਬਾਈ ਹਲਕੀ ਫੁਲਕੀ ਅਸਮਾਨ ਦੇ ਵਿੱਚ ਆਵਾਜਾਈ ਕਰੇਗੀ ਤਾਂ ਉਸੇ ਤਰ੍ਹਾਂ ਦਾ ਮਾਹੌਲ ਹੈੜਾ ਹਲਕੀ ਫੁਲਕੀ ਬੱਦਲਬਾਈ ਪੰਜਾਬ ਦੇ ਆਦੀ ਕੁਝ ਆਪਾਂ ਨੂੰ ਪੱਛਮੀ ਖੇਤਰ ਮੱਧ ਪੰਜਾਬ ਤੇ ਕੁਝ ਦੱਖਣੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਇਸ ਤੋਂ ਇਲਾਵਾ ਕੁਝ ਹੋਰ ਉੱਤਰੀ ਦੇ ਪੂਰਬੀ ਭਾਗਾਂ ਵਿੱਚ ਵੀ ਹਲਕੀ ਟਟਮੀ ਬੱਦਲਬਾਈ ਦੇਖਣ ਨੂੰ ਮਿਲ ਸਕਦੀ ਹੈ ਜਿਹੜੀ ਕਿ ਇਹ ਲਗਭਗ ਅੱਧੀ ਰਾਤ ਜਾਂ ਤੜਕੇ ਸਵੇਰ ਸਮੇਂ ਤੱਕ ਜਾਰੀ ਰਹੇਗੀ ਪਰ ਇਸ ਬੱਦਲਬਾਗੀ ਦਾ ਕੋਈ ਖਾਸ ਅਸਰ ਪੰਜਾਬ ਦੇ ਉੱਪਰ ਨਹੀਂ ਪਵੇਗਾ ਕੋਈ ਮੀਂਹ ਵਰਗੇ ਹਾਲਾਤ ਨਹੀਂ ਹੋਣਗੇ ਬੱਦਲਬਾਗੀ ਬਹੁਤ ਹਲਕੀ ਫੁਲਕੀ ਰਹੇਗੀ ਟੁੱਟਵੇਂ ਰੂਪ ਵਿੱਚ ਰਹੇਗੀ ਮੌਸਮ ਇਹਦਾ ਜ਼ਿਆਦਾਤਰ ਬੱਦਲਬਾਗੀ ਦਰਮਿਆਨ ਖੁਸ਼ਕ ਤੇ ਸਾਫ ਬਣਿਆ ਰਹੂਗਾ ਤੇ ਜੋ ਰਾਤ ਦਾ ਤਾਪਮਾਨ ਹੋਵੇਗਾ ਲਗਭਗ 20 ਤੋਂ ਲੈ ਕੇ 22 ਡਿਗਰੀ ਦੇ ਆਸ-ਪਾਸ ਦਰਜ ਕੀਤਾ ਜਾਵੇਗਾ ਖੁਸ਼ਕ ਠੰਡੀਆਂ ਉੱਤਰ ਪੱਛਮੀ ਹਵਾਵਾਂ ਚੱਲਣ ਕਰਕੇ ਗਰਮੀ ਤੋਂ ਰਾਹਤੜੀ ਰਾਤ ਦੇ ਸਮੇਂ ਹਲਕੀ ਫੁਲਕੀ ਬਣੀ ਰਹੇਗੀ